शाहदरा टोन के इलाके में जो डकैती मजामत होती है, वो नौजवान अपने काम काज से जब घर वापस आ रहा होता है तो उसके साथ ये सारा मामला होता है। चंद रोज़ बाद उसकी मंगनी थी और अभी उसके बूढ़े माँ बाप ने उसकी शादी की खुशियाँ देखनी थी। माँ भी और वालिद भी मकतूल के हमारे साथ हैं, इनसे जानने की कोशिश करते हैं कि क्या हुआ और किस तरह से उसको बेदर्दी के साथ कत्ल किया गया। माँ जी की होया, ਤੁਸੀਂ ਬੇਟੇ ਦੀ ਸ਼ਾਦੀ ਵੀ ਕੀ ਰੱਖੀ ਸੀ? ਭਾਈ ਮੈਂ ਆਪਦੇ ਬੇਟੇ ਦੀ ਮੰਗਣੀ ਮੈਂ ਘਰ ਹੀ ਸੋਨਾ ਆਉਣਾ ਸੀ ਇਤਵਾਰ ਵਾਲੇ ਦਿਨ, ਅਤੇ ਮੇਰੇ ਬੱਚੇ ਨੂੰ ਖੁਸ਼ੀਆਂ ਨਹੀਂ ਨਸੀਬ ਹੋਈਆਂ। ਮੇਰਾ ਬੱਚਾ ਕੰਮ 'ਤੇ ਗਿਆ, ਵਾਪਸ ਆਉਂਦਾ ਪਿਆ, ਮੇਰੇ ਬੱਚੇ ਨੂੰ ਉੱਥੇ ਬੰਨ 'ਤੇ ਹੀ ਘੇਰ ਲਿਆ ਨੇ। ਅੱਛਾ, ਮੇਰੇ ਬੱਚੇ ਦਾ ਕੋਈ, ਸਾਨੂੰ ਤਾਂ ਸਵੇਰੇ 4:15 ਅਤੇ 3:30 4:30 ਦਾ ਟਾਈਮ ਜਿਸ ਵੇਲੇ ਪੁਲਿਸ ਵਾਲਿਆਂ ਨੇ ਵਿਵਾਹ ਖੜਕਾਇਆ, ਉਹਦਾ ਚਾਚਾ ਗਿਆ, ਉਸ ਤੋਂ ਪਹਿਲੇ ਉਹਨਾਂ ਨੇ ਗੱਡੀ 'ਚ ਪਾਇਆ ਆਇਆ ਸੀ। ਅੱਛਾ, ਮੇਰਾ ਬੇਟਾ ਉਹਦਾ ਕੁਛ ਨਹੀਂ ਬਣਾਇਆ, ਮੇਰਿਆ ਬੱਚਿਆ ਮੈਂ ਕੀ ਕਰਾਂ। ਅੱਜ 13 ਦਿਨ ਹੋ ਗਏ ਨੇ ਮੇਰਾ ਸ਼ੇਰ ਜਵਾਨ ਤੁਰ ਗਿਆ, ਕੋਈ ਨਾ ਪੁਲਿਸ ਵਾਲਾ ਤਾਂ ਕੁਛ ਕਰਦੇ ਹੀ ਨਹੀਂ ਨੇ, ਕੁਛ ਕਰਦੇ ਹੁਣ ਤਾਂ। ਕੁਛ ਨਹੀਂ, ਨਾ ਪੁੱਛਦੇ ਵੀ ਨਹੀਂ ਆਣ ਕੇ, ਨਾ ਉਹਨਾਂ ਸਾਡੇ ਨਾਲ ਨਾ ਮਹਿਸੂਸ ਕੀਤਾ ਬੇਟਾ ਸ਼ੇਰ ਜਵਾਨ ਤੁਹਾਡਾ ਤੁਰ ਗਿਆ। ਕੋਈ ਮੀਡੀਆ ਵਾਲੇ ਜਿਹੜੇ ਜਿਹੜੇ ਆਏ ਨੇ ਕਿਸੇ ਨੇ ਕੋਈ ਕਾਲ ਨਹੀਂ ਚਲਾਈ, ਮੇਰੇ ਬੱਚੇ ਦੀ ਕੋਈ ਕੁਛ ਨਹੀਂ ਕੀਤਾ। ਪੁਲਿਸ ਵਾਲਿਆਂ ਨੇ ਵੀ ਮੇਰੇ ਬੱਚੇ ਦਾ ਕੋਈ ਪੁੱਛਿਆ ਦੱਸਿਆ, ਉਹਨਾਂ ਬਿਲ ਪੁੱਛਿਆ ਹੀ ਸਾਡੇ ਤੋਂ, ਗੱਡੀ 'ਚ ਪਾਇਆ ਆਇਆ ਸੀ। ਉਹਨਾਂ ਸਾਨੂੰ ਇਜਾਜ਼ਤ ਨਹੀਂ ਲੈਣ ਦੇ, ਉਹਨਾਂ ਪਹਿਲਾਂ ਹੀ ਪਾ ਕੇ ਤਾਂ ਸਾਡੇ ਘਰ ਆ ਗਏ ਨੇ, ਸਾਨੂੰ ਕੀ ਪਤਾ ਪੁਲਿਸ ਵਾਲੇ ਨਾਲ ਰਲੇ ਨੇ ਉਹਨਾਂ ਨੇ ਮੇਰਿਆ ਬੱਚਿਆ। ਮੈਨੂੰ ਤਾਂ ਕੋਈ ਪਤਾ, ਮੈਂ ਤਾਂ ਕਮਲੀ ਹੋਈ ਪਈ, ਮੈਨੂੰ ਕੋਈ ਬੋਲਣ ਦਾ ਵੱਲ ਨਹੀਂ, ਕੋਈ ਕੁਛ ਨਹੀਂ ਹੈਗਾ ਮੇਰਿਆ ਬੱਚਿਆ। ਮੈਂ ਤਾਂ ਆਪਦਾ ਸ਼ੇਰ ਜਵਾਨ ਗਲੀਆਂ 'ਚ ਲੱਭਦੀ ਫਿਰਨੀ ਹਾਂ, ਅਤੇ ਮੇਰੇ ਸ਼ੇਰ ਦੀ ਕੋਈ ਕਿਸੇ ਨੇ ਆਵਾਜ਼ ਨਹੀਂ ਪੁੱਛੀ, ਨਾ ਪੁਲਿਸ ਵਾਲੇ ਤਾਂ ਜਰੀ ਮਾਸਾ ਭੋਰਾ ਨਹੀਂ, ਉਹਨੇ ਮੇਰੇ ਪੁੱਤਰ ਦੀ ਉਹਨਾਂ ਮਿੱਟੀ ਨਾਲ ਮੇਰੇ ਪੁੱਤਰ ਨੂੰ ਉਹਨਾਂ ਰਲਾ ਕੇ ਸੁੱਟ ਦਿੱਤਾ। ਸਾਨੂੰ ਕੋਈ ਖਬਰ ਨਹੀਂ ਇਹਨਾਂ ਦੀ ਪੁਲਿਸ ਵਾਲਿਆਂ ਦੀ ਹੈਗੀ। ਉਹ ਅੱਛਾ ਹੋਇਆ ਉੱਥੇ ਵਾਕਿਆ ਹੈਗਾ, ਕੋਈ ਉੱਥੇ ਪੁਲਿਸ ਕੋਲ ਆਉਂਦੀ ਜਿੱਥੇ ਮੇਰਾ ਬੇਟਾ ਮਾਰਿਆ ਉਹਨਾਂ ਨੇ? ਉਹ ਆਉਂਦੇ ਨੇ ਅਸੀਂ 10 ਮਿੰਟ ਹੋਏ ਨੇ, ਝੂਠ, ਸਭ ਝੂਠ ਬੋਲਦੇ ਪੁਲਿਸ ਵਾਲੇ, ਸਭ ਝੂਠ ਨੇ ਪੁਲਿਸ ਵਾਲਿਆਂ ਦੇ। ਅੱਛਾ ਮਾਂ ਜੀ, ਇਹ ਦੱਸੋ ਕਿ ਹੋਇਆ ਕੀ ਉਸ ਦਿਨ, ਕੰਮ 'ਤੇ ਗਿਆ ਵੇ ਅਤੇ ਕਿੰਨੇ ਵਜੇ ਤੁਹਾਨੂੰ ਕਿਸ ਤਰ੍ਹਾਂ ਇਤਲਾਹ ਮਿਲੀ ਤੁਹਾਡੀ ਗੱਲ? 4:15 ਸੋਨਿਆ, ਸਾਨੂੰ 3:30 4:30 ਦਾ ਟਾਈਮ ਵੀ ਸਾਨੂੰ ਨਾ ਉਹਨਾਂ ਨੇ ਕਾਲ ਕੀਤੀ ਮੇਰੇ ਬੇਟੇ ਵੱਡੇ ਨੂੰ, ਉਹਨੇ ਨਾ ਸੁੱਤਾ ਹੋਇਆ ਸੀ ਨੀਂਦ 'ਚ ਸੀ, ਬੱਚਾ ਸੌਂ ਗਿਆ। ਉਸ ਤੋਂ ਬਾਅਦ ਸਾਡੇ ਘਰ ਆਏ ਨੇ ਅਤੇ ਉਹਨਾਂ ਨੇ ਦਰਵਾਜ਼ਾ ਖੜਕਾਇਆ, ਤੁਹਾਡੇ ਅੱਜ ਸੁਣੈਣ ਦਾ ਐਕਸੀਡੈਂਟ ਹੋ ਗਿਆ। ਅੱਛਾ, ਅੱਜ ਸੁਣੈਣ ਦਾ ਐਕਸੀਡੈਂਟ ਹੋ ਗਿਆ, ਉਹਦਾ ਚਾਚਾ ਦੌੜ ਗਿਆ, ਉਹਨੇ ਪਤਾ ਲੱਗ ਗਿਆ, ਉਹ ਭੱਜ ਵਗਾ ਵੀ ਅਸੀਂ ਇੱਥੇ ਹੈਗਾ ਮੇਰਾ ਦੇਵਰ, ਉਹਨੇ ਆਖਿਆ ਵੀ ਸਾਨੂੰ ਸਹੀ ਸਹੀ ਗੱਲ ਦੱਸੋ ਸਾਡੇ ਬੱਚੇ ਦੀ, ਤੁਹਾਨੂੰ ਮਾਝਾ ਦੇ ਸਾਹਮਣੇ ਤੁਹਾਨੂੰ ਕਰਾਉਣ ਲੱਗੇ ਦੀ ਕਸਮ ਲੱਗੇ ਜੇ ਨਾ ਸਹੀ ਦੱਸੋ ਤਾਂ। ਉਹ ਹੁੰਦਾ ਐਕਸੀਡੈਂਟ ਆ ਕੇ ਹੋ ਗਿਆ ਉਹ, ਅਤੇ ਅਸੀਂ ਉਹ ਗੱਡੀ 'ਚ ਪਾਇਆ ਆ। ਅਸੀਂ ਭਰਾਵਾ ਜਿੰਨੇ ਅਸੀਂ ਘਰ ਐਕਸ ਅਸੀਂ ਸਾਰੇ ਬੁੜੀਆਂ ਬੰਦਿਆਂ ਦੇ ਬੱਚੇ ਨੂੰ ਮਗਰ ਦੌੜ ਗਏ, ਸਾਡੇ ਜਾਣ ਤੋਂ ਪਹਿਲੇ ਬੱਚਾ ਸਾਡਾ ਲਾਇਆ ਗਏ ਨੇ ਹਸਪਤਾਲ, ਲੈ ਗਏ ਸਰ ਹਸਪਤਾਲ ਲੈ ਗਏ ਸਿੱਧਾ। ਅੱਜ ਕਿੰਨੇ ਦਿਨ ਹੋ ਗਏ ਨੇ, ਕੋਈ ਕੁਛ ਨਹੀਂ ਉਹਨਾਂ ਬਣਾਇਆ ਮੇਰੇ ਬੱਚੇ ਦਾ, ਕੁਛ ਨਹੀਂ ਬਣਿਆ। ਮੇਰਾ ਬੱਚਾ ਤਾਂ ਸ਼ੇਰ ਹੀ ਰਿਹਾ ਸੀ, ਮੇਰਾ ਬੱਚਾ ਤਾਂ ਇੰਨਿਆਂ ਦਾ ਕਾਬੂ ਨਹੀਂ ਸੀ ਆਉਂਦਾ, ਅਤੇ ਮੇਰੇ ਬੱਚੇ ਨਾਲ ਕੀ ਉਹਨਾਂ ਕੀਤਾ ਅਤੇ ਕੀ ਨਹੀਂ ਕੀਤਾ, ਮੇਰਾ ਮਾਰ ਕੇ ਹੀ ਰਿਹਾ ਜਿੱਡਾ ਪੁੱਤਰ ਸੁੱਟ ਗਿਆ, ਮੋਬਾਈਲ ਉੱਥੇ ਪਿਆ, ਹੈਨ ਫਰੀਆਂ ਉੱਥੇ ਪਈਆਂ, ਮੇਰੇ ਪੁੱਤਰ ਦੀ ਜੁੱਤੀ ਉੱਥੇ ਪਈ। ਮੇਰਾ ਬੱਚਿਆਂ ਮੈਂ ਕੀ ਦੱਸਾਂ ਤੁਹਾਨੂੰ, ਮੇਰਾ ਤਾਂ ਸ਼ੇਰ ਜਵਾਨ ਸੀ, ਲੁੱਟਿਆ ਪੁੱਟਿਆ ਗਿਆ, ਅਤੇ ਕਿਸੇ ਨੇ ਮੇਰੇ ਬੱਚੇ ਦੀ ਖਬਰ ਨਹੀਂ ਲਈ, ਅਤੇ ਮੈਂ ਕੀ ਕਰਾਂ? ਮੈਂ ਤਾਂ ਅੱਜ ਰੋਣਾ ਧੋਣਾ, ਮੈਂ ਤਾਂ ਅੱਜ ਨਾ ਬੜਾ ਕੁਛ ਕਰਨਾ, ਅੱਜ ਮੈਂ ਤਾਂ ਖੱਪ ਗਈ ਹਾਂ ਇਹਨਾਂ ਵੀਡੀਓ ਵਾਲਿਆਂ ਨੂੰ, ਇਹਨਾਂ ਮੋਬਾਈਲਾਂ 'ਤੇ ਦੇ ਦੇ ਕੇ ਸਾਰਾ ਕੁਛ ਕੀਤਾ ਜੀ। ਅੱਜ ਮੈਂ ਇੱਕੀ ਬੋਲਦੀ ਪਈ ਹਾਂ, ਮੇਰੇ ਬੱਚੇ ਦਾ ਕੁਛ ਵੀ ਨਹੀਂ ਬਣਿਆ, ਮੇਰੇ ਬੱਚੇ ਦਾ ਸ਼ੇਰ ਜਵਾਨ ਦਾ ਕਿਸੇ ਹੋਰ ਅਫਸਰ ਦਾ ਹੁੰਦਾ, ਕਿਸੇ ਮੀਰ ਤੇ ਰੀਨ ਦਾ ਹੁੰਦਾ, ਅਤੇ ਅੱਜ ਨੂੰ ਮੀਡੀਆ ਵਾਲੇ ਵੀ ਕਾਲਾਂ ਚੱਲੀਆਂ ਹੁੰਦੀਆਂ ਮੋਬਾਈਲਾਂ 'ਤੇ, ਅਤੇ ਮੋਬਾਈਲਾਂ ਹੁੰਦਾ ਟੀਵੀਆਂ 'ਤੇ ਚੱਲੀ ਹੁੰਦੀ ਕਾਲ, ਕੁਛ ਨਹੀਂ ਕੀਤਾ। ਪੁਲਿਸ ਵਾਲਿਆਂ ਤਾਂ ਮੇਰੇ ਪੁੱਤਰ ਨੂੰ ਅਸਲਾ ਪੁੱਛਿਆ ਹੀ ਨਹੀਂ ਵੀ ਕੀ ਹੋਇਆ ਕੀ ਨਹੀਂ ਹੋਇਆ ਮੇਰਿਆ ਬੱਚਿਆ। ਮੈਂ ਕੀ ਦੱਸਣਾ ਕਿਸੇ ਨੂੰ, ਕੀ ਨਾ ਕਰਨਾ, ਮੈਂ ਤਾਂ ਰੋਂਦੀ ਧੋਂਦੀ ਫਿਰ ਨਹੀਂ ਮੇਰਿਆ ਬੱਚਿਆ, ਕੁਛ ਨਹੀਂ ਬਣਿਆ। ਮੇਰਾ ਸ਼ੇਰ ਜਵਾਨ ਹੀ ਦੁਨੀਆਂ ਤੋਂ ਤੁਰ ਗਿਆ, ਮੂੰਹ 'ਤੇ ਪੱਲਾ ਪਾ ਗਏ, ਮੇਰੇ ਸ਼ੇਰ ਨੂੰ ਮਾਰ ਮੁਕਾਇਆ ਨੇ, ਮੇਰਾ ਸ਼ੇਰ ਸੀ ਉਹ ਮੇਰਾ ਹੀਰਾ ਸੀ, ਉਹ ਤਾਂ ਉਹ ਮੇਰਿਆ ਹੀ ਰਿਹਾ। ਉਹ ਮੇਰਿਆ ਬੱਚਿਆ ਮੈਂ ਕੀ ਕਰਾਂ ਦੀ ਅਤੇ ਕੀ ਕਰਨਾ ਮੈਂ ਕਰਾਂ ਦੀ, ਉਹ ਮੇਰਾ ਤਾਂ ਘਰ ਹੀ ਸੁੰਜਾ, ਮੇਰੇ ਬੱਚੇ ਬਗੈਰ ਮੈਨੂੰ ਨਜ਼ਰ ਹੀ ਨਹੀਂ ਆਉਂਦਾ, ਇੰਨੇ ਖਲੇ ਮੈਨੂੰ ਕੋਈ ਮੇਰਾ ਬੱਚਾ ਨਹੀਂ ਨਜ਼ਰ ਆਉਂਦਾ ਜੀ, ਮੈਂ ਕੀ ਕਰਾਂ ਦੀ।